ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੇਰੀ ਪੂਜਾ ਨਹੀਂ ਕਰ ਸਕਦੀ, ਜਨਾਨੀ ਮੇਰੇ ਦਿੱਤੇ ਧਾਰਮਿਕ ਚਿੰਨ੍ਹ ਨਹੀਂ ਧਾਰਨ ਕਰ ਸਕਦੀ, ਉਹ ਜਨਾਨੀ ਦੀ ਮੁਕਤ ਕੌਣ ਕਰੇਗਾ? ਚਲੋ ਬੰਦਾ ਤਾਂ ਭਲੇ ਵਿਸ਼ਟ ਨੂੰ ਤੇ ਸਵਰਗ ਨੂੰ ਚਲੇ ਜਾਵੇਗਾ, ਜਨਾਨੀ ਦਾ ਖੂਹ ਜਾਵੇਗੀ ਨਾ ਨਰਕ ਵਿੱਚ। ਅਤੇ ਇਸ ਵਾਸਤੇ ਗੁਰਮਤ ਅਤੇ ਸਿੱਖ ਵੱਖਰੀ ਕੌਮ ਦਾ ਫਲਾਸਫਾ ਸਾਰਿਆਂ ਤੋਂ ਵੱਖਰਾ ਹੈ, ਕਿਉਂਕਿ ਜੇ ਖੰਡੇ ਬਾਟ ਦਾ ਅੰਮ੍ਰਿਤ ਮਰਦ ਨੇ ਛਕਿਆ ਤੇ ਮਰਦ ਦੀ ਸ਼ਾਦੀ ਹੋਈ ਹੈ ਤੇ ਘਰ ਵਾਲੀ ਨੂੰ ਅੰਮ੍ਰਿਤ ਕੋਈ ਛਕਣਾ ਪੈਣਾ? ਜੇ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰਿਆਂ ਨੇ ਮਰਦ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਇਹ ਨਹੀਂ ਕਿ ਬੀਬੀ ਨੂੰ ਕੋਈ ਹੋਰ ਨਾਰਾ ਦਿੱਤਾ ਜਾਓ, ਬੀਬੀ ਨੂੰ ਵੀ ਇਹ ਨਾਰਾ ਲਾਉਣਾ, ਉਹ ਵੀ ਇਹ ਬੋਲੇਗੀ। ਭਾਵੇਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਸਾਡੀਆਂ ਭੈਣਾਂ ਅਤੇ ਮਾਵਾਂ ਬੀਬੀਆਂ ਇਸ ਗੱਲ 'ਚ ਸ਼ੰਕਾ ਕਰਦੀਆਂ ਅਤੇ ਵਿਤਕਰਸਿਤ ਕਰਨਾ ਚਾਹੁੰਦੀਆਂ ਕਿ ਸੰਤ ਜੀ ਸਾਨੂੰ ਇਹ ਦੱਸੋ ਕਿ ਜੇ ਗੁਰਮਤ ਵਿੱਚ ਇੱਕੋ ਜਾਰਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਸਾਂਝਾ ਖਜ਼ਾਨਾ ਬਖਸ਼ਿਆ ਹੈ, ਅਤੇ ਫਿਰ ਬੀਬੀਆਂ ਨੂੰ ਪੰਜਾਂ ਪਿਆਰਿਆਂ ਵਿੱਚ ਕਿਉਂ ਨਹੀਂ ਲਾਇਆ ਜਾਂਦਾ, ਪੰਜਾਂ ਪਿਆਰਾਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੱਤਾ ਜਾਂਦਾ? ਇਹ ਨਾਸਤਕ ਲੋਕਾਂ ਵੱਲੋਂ ਸਵਾਲ ਆਉਂਦੇ ਨੇ, ਸਿੱਖ ਲੜਕੀਆਂ ਸ਼ਰਧਾ ਵਾਲੀਆਂ ਉਹ ਤਾਂ ਕੋਈ ਉਹਨੀਆਂ ਸਵਾਲ ਕਰਦੀਆਂ ਨਹੀਂ, ਪਰ ਕਈ ਪੜ੍ਹੇ ਲਿਖੇ ਵਰਗ ਦੇ ਲੋਕਾਂ ਵਿੱਚੋਂ ਇਹੋ ਜਿਹੇ ਸਵਾਲ ਉੱਠਦੇ ਆ। ਉਹਦਾ ਉੱਤਰ ਖਾਲਸਾ ਜੀ ਇਹ ਹੈ, ਇਹ ਵਿਤਕਰਾ ਨਹੀਂ। ਜਿਸ ਵੇਲੇ 1756 ਵਿਕਰਮੀ ਨੂੰ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਖੜੋ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸ੍ਰੀ ਸਾਹਿਬ ਖਿੱਚ ਕੇ ਮਿਆਨ 'ਚੋਂ ਅਤੇ ਮੰਗਾ ਰਿਹਾ ਸੀ, ਉਸ ਵੇਲੇ ਕਿਸੇ ਇਤਿਹਾਸ ਵਿੱਚ ਵਿਖਾਓ ਕਿ ਕਲਗੀ ਧਾਰਨੀ ਕਿਤੇ ਕਿਹਾ ਹੋਵੇ ਇੱਕ ਮਰਦ ਦਾ ਜਾਂ ਇੱਕ ਜਨਾਨੀ ਦਾ ਸਿਰ ਚਾਹੀਦਾ? ਇਹ ਕਦੇ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਇੱਕ ਸਿਰ ਦੀ ਲੋੜ ਹੈ, ਉਸ ਵੇਲੇ ਉੱਠ ਕੇ ਸਾਡੀ ਮਾਂ ਭੈਣ ਜੀ ਕੋਈ ਨਾ ਕੋਈ ਸਿਰ ਦੇ ਦਿੰਦੀ ਅਤੇ ਪੰਜਾਂ ਪਿਆਰੇ 'ਚ ਲੱਗ ਜਾਂਦੀ। ਪੰਜਾਂ ਪਿਆਰੇ 'ਚ ਇਸ ਵਾਸਤੇ ਬੀਬੀਆਂ ਨੂੰ ਲਾਇਆ ਜਾਂਦਾ ਕਿਉਂਕਿ ਸਿਰ ਪੰਜਾਂ ਮਰਦਾਂ ਨੇ ਪਰਿਵਾਰ ਨਾਲ ਵੜਾਏ ਸੀ, ਕਿਸੇ ਬੀਬੀ ਨੂੰ ਨਹੀਂ ਸੀ ਵੜਾਇਆ। ਇਸ ਵਾਸਤੇ ਪੰਜਾਂ ਪਿਆਰਿਆਂ 'ਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ, ਬੀਬੀਆਂ ਨੂੰ ਨਹੀਂ। ਬਾਕੀ ਪ੍ਰਸ਼ਾਦ ਵਿੱਚ ਜੇ ਕਿਸੇ ਬੀਬੀ ਨਾਲ ਵਿਤਕਰਾ ਹੁੰਦਾ, ਕੀਰਤਨ ਕਰਨ ਵਿੱਚ ਵਿਤਕਰਾ ਹੁੰਦਾ, ਜਾਂ ਕਿਸੇ ਹੋਰ ਗੁਰਮਤ ਦੇ ਪ੍ਰੋਗਰਾਮਾਂ ਵਿੱਚ ਕੋਈ ਵਿਤਕਰਾ ਹੁੰਦਾ, ਤਾਂ ਉਹ ਬੀਬੀ ਦੱਸੇ। ਹਾਂ, ਕਈ ਸਾਡੇ ਭਾਈ ਇਹ ਵੀ ਏਕਤਾ ਬਾਰੇ ਖਰੜੇ ਘੜਦੇ ਫਿਰਦੇ ਚਾਲੂ ਕਰਨੇ, ਜੇ ਕੀਰਤਨ ਸਾਫ਼ ਧਾਰਮਿਕ ਬਾਹਰਲੇ ਸਿੱਖ ਰਹੇ ਹੋ, ਜੇ ਕੋਈ ਕਰੇ ਤੈਨੂੰ ਸੋਧਣਾ ਵੀ ਹੈ। ਕਈਆਂ ਨੇ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਕਿ ਦੋ ਲਾਵਾਂ ਸਿੰਘ ਅੱਗੇ ਅਤੇ ਬੀਬੀ ਪਿੱਛੇ, ਅਤੇ ਦੋ ਲਾਵਾਂ ਪਰਿਕਰਮਾ ਕਰ ਦਿਓ ਬੀਬੀ ਅੱਗੇ ਸਿੰਘ ਪਿੱਛੇ। ਉਹ ਕਹਿੰਦੇ ਜੇ ਕਿ ਏਕਤਾ ਬਣਾਉਣੀ ਹੈ, ਚਾਰੇ ਲਾਵਾਂ ਬੀਬੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ। ਨਹੀਂ ਭਾਈ, ਜੋ ਗੁਰਮਤਿ ਦਾ ਪ੍ਰੋਗਰਾਮ ਆ ਉਹਦੇ 'ਤੇ ਸਿੱਖ ਨੇ ਚੱਲਣਾ, ਕਿਉਂਕਿ ਗੁਰਬਾਣੀ ਸਿੱਧ ਕਰਦੀ ਹੈ ਖੱਬੇ ਸਾਗ ਕੂੜਾਵੇ ਡਿੱਠੇ ਤੋਂ ਪੱਲੇ ਪਿੰਡ ਲਾਗੀ। ਇਹ ਬਚਨ ਹੈ ਬੀਬੀ ਵੱਲੋਂ ਬੇਨਤੀ ਦੇ ਰੂਪ ਵਿੱਚ ਪਤੀ ਦੇ ਪ੍ਰਤੀ। ਅਤੇ ਪਰ ਜੇ ਪਤੀ ਪਿੱਛੇ ਹੋਇਆ ਅਤੇ ਬੀਬੀ ਅੱਗੇ ਹੋਏ, ਕਿਹੜੇ ਪਿਓ ਦੀ ਪੰਕਤੀ ਪੜੋਗੇ ਹੱਦੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਪਿੰਡ ਲਾਗਾ? ਇਹ ਤਾਂ ਗੁਰਬਾਣੀ 'ਚ ਹੈ ਹੀ ਕਿਤੇ ਨਹੀਂ। ਇਹ ਸਵਾਲ ਜਿਹੜੇ ਮਨਮਤ ਦੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਤੋਂ ਬਚਣਾ। ਅਤੇ ਕਈ ਲੋਕਾਂ ਦਾ ਇਹ ਵੀ ਹੈ ਕਿ ਬੀਬੀਆਂ ਨੂੰ ਅੰਮ੍ਰਿਤ ਕਿਰਪਾਨ ਦਾ ਛਕਾਓ ਅਤੇ ਮਰਦ ਨੂੰ ਖੰਡੇ ਦਾ, ਇਹ ਬਿਲਕੁਲ ਗਲਤ ਹੈ। ਗੁਰਮਤ ਵਿੱਚ ਖੰਡੇ ਦਾ ਅੰਮ੍ਰਿਤ ਹੈ, ਕਈਆਂ ਥਾਵਾਂ 'ਤੇ ਭਾਵੇਂ ਲੋਕਾਂ ਨੇ ਮਰਜ਼ਾਦਾ ਬਣਾਈਆਂ, ਪਰ ਮਨਮਤ ਹੈ, ਗੁਰੂ ਦੀ ਮਰਜ਼ਾਦਾ ਨਹੀਂ। ਜੇ ਪੜ੍ਹੋਗੇ ਤਾਂ ਲਿਖਿਆ ਇਹੀ ਮਿਲੇਗਾ ਕਿ ਉਹ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਪੀਓ ਪਹੁਲ ਕਿਰਪਾਨ ਧਾਰ। ਇਹ ਕਿਤੇ ਨਹੀਂ ਮਿਲੇਗਾ ਤੁਹਾਨੂੰ। ਅਤੇ ਜੇ ਤੁਹਾਨੂੰ ਮੈਂ ਪੁੱਛਿਆ ਸੀ ਪਰੇ ਮੈਨੂੰ ਵੀ ਇਹਦਾ ਕੀ ਕਾਰਨ ਹੈ ਕਿਰਪਾਨ ਬਾਰੇ ਤੂੰ ਕਿਉਂ ਕਿਹਾ, ਕਹਿੰਦਾ ਜੇ ਕਿਰਪਾਨ ਇਸਤਰੀ ਲਿੰਗ ਹੈ ਅਤੇ ਇਸਤਰੀ ਵੀ ਇਸਤਰੀ ਲਿੰਗ ਹੈ, ਇਸ ਵਾਸਤੇ ਬੀਬੀਆਂ ਨੂੰ ਕਿਰਪਾਨ ਦਾ ਛਕਾਉਣਾ? ਨਹੀਂ ਖਾਲਸਾ ਜੀ, ਇਹ ਗਲਤ ਹੈ, ਬਿਲਕੁਲ ਇਹ 'ਚ ਬਚਣਾ। ਜੇ ਇਸਤਰੀ ਲਿੰਗ ਅਤੇ ਪਲਿੰਗ ਵਿੱਚ ਪਾਵਾਂਗੇ, ਬਾਚਾ ਵੀ ਪਲਿੰਗ ਅਤੇ ਅੰਮ੍ਰਿਤ ਵੀ ਪਲਿੰਗ ਅਤੇ ਖੰਡਾ ਵੀ ਪਲਿੰਗ ਅਤੇ ਮਰਦ ਵੀ ਪਲਿੰਗ ਅਤੇ ਫਤਿਹ ਵੀ ਪਲਿੰਗ, ਇਹ ਤਾਂ ਹੋ ਗਿਆ। ਅਤੇ ਜਦੋਂ ਅੰਮ੍ਰਿਤ ਛਕਾਉਣ ਵੇਲੇ ਬੀਬੀ ਨੂੰ ਪੰਜ ਚੂੜੇ ਦਿੱਤੇ, ਉਸ ਵੇਲੇ ਫਿਰ ਇਹ ਕਹਿਣਾ ਪਵੇਗਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਇਸਤਰੀ ਲਿੰਗ ਤੋਂ ਇਕੱਠਾ ਕਰਨਾ। ਇਸ ਵਾਸਤੇ ਨਾਰਾ ਹੈ ਨਹੀਂ ਕਿ ਮਨਮਤ ਸਿੱਖਾਂ ਨੇ ਬਚ ਕੇ ਰਹਿਣਾ, ਬੀਬੀਆਂ ਨੂੰ ਅੰਮ੍ਰਿਤ ਖੰਡੇ ਦਾ ਛਕਾਉਣਾ ਅਤੇ ਸਿੰਘਾਂ ਨੂੰ ਵੀ ਖੰਡੇ ਦਾ ਛਕਾਉਣਾ। ਇਹ ਸਿੰਘਾਂ ਪ੍ਰਤੀ ਜੋ ਵੀ ਬਾਹਰ ਦੇਸ਼ ਆ ਪ੍ਰਦੇਸ਼ਾਂ 'ਚ ਤੁਸੀਂ ਬੈਠੇ ਹੋ, ਤੁਹਾਡੇ ਪ੍ਰਥਾ ਇਹ ਬੇਨਤੀ ਹੈ। ਬਾਕੀ ਚੜ੍ਹਦੀ ਕਲਾ ਵਿੱਚ ਰਹੋ, ਗੁਲਾਮੀ ਦੀਆਂ ਨਿਸ਼ਾਨੀਆਂ ਮੁੱਖ ਮੁੱਖ